गोबिंद सिंह साहब जी ने एक बारी भाई दया सिंह पूछा महाराज आप जी कहते हो भी राज करेगा खालसा आप ही रहे ना कोई तो मुठी भर सिंह थोड़े जे ये किवें राज कर लेंगे महाराज साढ़े को किला कोई नहीं साढ़े को फौज कोई नहीं साढ़े को तोपा कोई नहीं साढ़े को इन्ना पैसा नहीं तो मुगलों को महाराज हजार किले ने लखां फौजा ने तोपखाने बड़े बड़े वड्डे ने राजधानी बड़ी वड्डी है दिल्ली हिंदुस्तान का दिल है महाराज असीं किवें फतेह करांगे। कलगीधर पातशाह बोले दया सिंह असीं काबुल तो कुत्ता मंगवावांगे ਉਹ ਇਹਨਾਂ ਦੀ ਜੜ ਪੁੱਟੇਗਾ ਕਾਬਲ ਤੇ ਕੁੱਤਾ ਮੰਗਾਉਂ ਇਹ ਦਸਵੇਂ ਪਾਤਸ਼ਾਹ ਦੇ ਬਚਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਭਾਈ ਦਇਆ ਸਿੰਘ ਜੀ ਨੂੰ ਮਹਾਰਾਜ ਨੇ ਕਿਹਾ ਸੀ ਦਇਆ ਸਿੰਘ ਕਾਬਲ ਤੇ ਕੁੱਤਾ ਮੰਗਵਾਉਂ ਕਾਬਲ ਤੋਂ ਕੁੱਤਾ ਮੰਗਵਾਵਾਂਗਾ ਮੈਂ ਉਹ ਕਿਹੜਾ ਕੁੱਤਾ ਨਾਦਰ ਸ਼ਾਹ ਅਤੇ ਉਹਦਾ ਚੇਲਾ ਅਹਿਮਦ ਸ਼ਾਹ ਅਬਦਾਲੀ ਇਹ ਜਦੋਂ ਆਏ ਨੇ ਨਾ ਇਹਨਾਂ ਦੇ ਆਉਣ ਨਾਲ ਸਿੱਖਾਂ ਨੂੰ ਬੜਾ ਫਾਇਦਾ ਹੋਇਆ ਨੁਕਸਾਨ ਵੀ ਹੋਇਆ ਸ਼ਹੀਦੀਆਂ ਵੀ ਹੋਈਆਂ ਨੇ ਪਰ ਰਾਹ ਪੱਧਰਾ ਹੋ ਗਿਆ ਦਿੱਲੀ ਫਤਿਹ ਕਰਨ ਦਾ ਇਨਕਾ ਉਨ ਤੇ ਨਾਸ ਕਰਾਉ ਮਹਾਰਾਜ ਕਹਿਣ ਲੱਗੇ ਨਾ ਮੁਗਲਾਂ ਦਾ ਨਾਦਰ ਸ਼ਾਹ ਵਰਗੇ ਆ ਕੇ ਨਾਸ ਕਰਨਗੇ ਉਹਨਾਂ ਤੋਂ ਕਰਵਾਵਾਂਗੇ ਨਾਸ ਫਿਰ ਦੱਖਣ ਤੇ ਲਿਆਉਂ ਫੌਜ ਫਿਰ ਦੱਖਣ ਤੋਂ ਫੌਜ ਮੰਗਾਵਾਂਗੇ ਦੱਖਣ ਤੋਂ ਕਿਹੜੀ ਮਰਾਠਿਆਂ ਦੀ ਫੌਜ ਪਹਿਲਾਂ ਤਾਂ ਨਾਦਰ ਨੇ ਲੱਕ ਤੋੜ ਦਿੱਤਾ ਦਿੱਲੀ ਦਾ ਉਸ ਤੋਂ ਬਾਅਦ ਸਾਧ ਸੰਗਤ ਜੀ ਮਰਾਠੇ ਆਏ ਦੋ ਦੋ ਲੱਖ ਢਾਈ ਢਾਈ ਲੱਖ ਮਰਾਠਾ ਇਕੱਠਾ ਹੋ ਕੇ ਦਿੱਲੀ ਆਉਂਦਾ ਰਿਹਾ ਉਹਨਾਂ ਮਰਾਠਿਆਂ ਨੇ ਦਿੱਲੀ ਦਾ ਲੱਕ ਤੋੜ ਦਿੱਤਾ ਮਹਾਰਾਜ ਕਹਿੰਦੇ ਪਹਿਲਾਂ ਨਾਦਰ ਆਏਗਾ ਪੱਛਮ ਤੋਂ ਫਿਰ ਮਰਾਠੇ ਆਉਣਗੇ ਦੱਖਣ ਤੋਂ ਲੜ ਕਰ ਇੱਕ ਉਨ ਮਿਟਾ ਜਿਉ ਕੋ ਖੋਜ ਇਹਨਾਂ ਦੀ ਆਪਸ ਵਿੱਚ ਲੜ ਲੜ ਕੇ ਤਾਕਤ ਖਤਮ ਹੋ ਜਾਏਗੀ ਕੰਮ ਨਿਸ਼ਾਨ ਮਿਟਾ ਦੇਵਾਂਗੇ ਫਿਰ ਖਾਲਸੋ ਭੂਰੋ ਮੰਗਾਉ ਫਿਰ ਅਸੀਂ ਭੂਰਿਆਂ ਨੂੰ ਮੰਗਾਵਾਂਗੇ ਭੂਰਿਆਂ ਨੂੰ ਭੂਰੇ ਕੌਣ ਨੇ ਬਿੱਲੇ ਭੂਰੇ ਗੋਰੇ ਆਉਣਗੇ ਗੋਰੇ ਅੰਗਰੇਜ਼ ਭੂਰੇ ਰੰਗ ਦੇ ਮਹਾਰਾਜ ਪਹਿਲਾਂ ਹੀ ਦੱਸ ਦਿੱਤਾ ਦਸਵੇਂ ਪਾਤਸ਼ਾਹ ਨੇ ਕਹਿੰਦੇ ਫਿਰ ਖਾਲਸਾ ਜੀ ਭੂਰੇ ਆਉਣਗੇ ਭੂਰੇ ਉਹ ਦਿੱਲੀ ਦੇ ਉੱਤੇ ਕਬਜ਼ਾ ਕਰਨਗੇ ਉਹ ਇਹਨਾਂ ਮੁਗਲਾਂ ਦੀ ਜੜ ਪੁੱਟਣਗੇ ਦੋ ਖਾਲਸਾ ਮੇਲ ਕਰਾਉਂ ਤੇ ਫਿਰ ਖਾਲਸੇ ਦਾ ਐਸਾ ਜਪ ਤਪ ਹੋਵੇਗਾ ਅੰਗਰੇਜ਼ ਸਿੰਘਾਂ ਦੇ ਨਾਲ ਮੇਲ ਕਰ ਲੈਣਗੇ ਮਹਾਰਾਜਾ ਰਣਜੀਤ ਸਿੰਘ ਨਾਲ ਅੰਗਰੇਜ਼ਾਂ ਨੇ ਸੰਧੀ ਕੀਤੀ ਸੀ 1809 ਦੇ ਵਿੱਚ ਉਹਦੇ ਵੱਲ ਇਸ਼ਾਰਾ ਕਹਿੰਦੇ ਫਿਰ ਖਾਲਸੇ ਦਾ ਤੇ ਅੰਗਰੇਜ਼ਾਂ ਦੀ ਸੁਲਾਹ ਕਰਾ ਦਿਆਂਗੇ ਦਿੱਲੀ ਲਾਹੌਰ ਕੇ ਤਖਤ ਪੁਟਾਉਂ ਔਰ ਦਿੱਲੀ ਲਾਹੌਰ ਦੇ ਤਖਤ ਪੁੱਟ ਦਿਆਂਗੇ ਤੇ ਖਾਲਸੇ ਦਾ ਰਾਜ ਕਰ ਦਿਆਂਗੇ ਸਾਤੋ ਧਾਰਨ ਧੂੜ ਮਿਲਾਉਂ ਸੱਤੇ ਧਾਰਾਂ ਦੇ ਵਿੱਚ ਜਿਹੜੇ 22 ਧਾਰ ਦੀਆਂ ਰਾਜਾ ਰਿਆਸਤਾਂ ਨੇ ਸਾਰੀਆਂ ਧੂੜ ਚ ਮਿਟਾ ਦੇ ਮਿਲਾ ਦਿਆਂਗੇ 22 ਸੂਬੇ ਦੇਉ ਤੋੜ 22 ਸੂਬੇ ਤੁਰਕਾਂ ਦੇ ਤੋੜ ਸੁੱਟਾਂਗੇ ਵਜ਼ੀਰ ਪਤਸ਼ਾਹਣ ਦੇਉ ਫੋੜ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਖਾਲਸਾ ਜੀ ਸਮਾਂ ਆਏਗਾ ਇਹਨਾਂ ਦੁਨੀਆਂ ਪਾਤਸ਼ਾਹਾਂ ਤੇ ਵਜ਼ੀਰੀਆਂ ਖਤਮ ਹੋ ਜਾਣਗੀਆਂ ਤੁਰਕਨ ਗਾਰੋ ਵਜਨ ਹਟਾਉ ਇਹਨਾਂ ਜ਼ਾਲਮਾਂ ਦੇ ਨਗਾਰੇ ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਨੇ ਰਣਜੀਤ ਨਗਾਰਾ ਵਜਾਇਆ ਸੀ ਨਾ ਉਸ ਵੇਲੇ ਔਰੰਗਜ਼ੇਬ ਨੂੰ ਤੇ 22 ਧਾਰ ਦੇ ਰਾਜਿਆਂ ਨੂੰ ਬੜੀ ਲੰਕੀ ਹੋਈ ਸੀ ਕਹਿੰਦੇ ਅਸੀਂ ਬਾਦਸ਼ਾਹ ਆ ਨਜ਼ਾਰਾ ਤੇ ਅਸੀਂ ਵਜਾ ਸਕਦੇ ਤੁਸੀਂ ਕਿਵੇਂ ਵਜਾ ਸਕਦੇ ਕਲਗੀਧਰ ਪਾਤਸ਼ਾਹ ਕਹਿੰਦੇ ਨਜ਼ਾਰੇ ਵੱਜਣੇ ਹੀ ਸਾਡੇ ਆ ਤੁਹਾਡੇ ਤੇ ਬੰਦ ਹੋ ਜਾਣੇ ਆਖੋ ਸਤਿਗੁਰ ਨਜ਼ਾਰੇ ਵੱਜਣਗੇ ਹੀ ਸਾਡੇ ਖਾਲਸੇ ਦੇ ਨਜ਼ਾਰੇ ਵੱਜਣਗੇ ਤੁਹਾਡੇ ਨਜ਼ਾਰੇ ਵੱਜਣੋਂ ਹਟ ਜਾਣਗੇ ਅਕਾਲ ਅਕਾਲ ਕੇ ਜਾਪ ਝਾੜੀ ਝਾੜੀ ਤੇ ਅਕਾਲ ਅਕਾਲ ਦੀ ਆਵਾਜ਼ ਆਏਗੀ ਸਤਿ ਸ੍ਰੀ ਅਕਾਲ ਦੇ ਜਕਾਰੇ ਗੱਜਣਗੇ ਹਿੰਦੁਸਤਾਨ ਦੀ ਧਰਤੀ ਉੱਤੇ ਬਾਬਾ ਕਪੂਰ ਸਿੰਘ ਜੀ ਵਰਗੇ ਸਿਆਣੇ ਸਿੰਘ ਵਿਚਾਰਾਂ ਕਰਦੇ ਉਹ ਸਮਾਂ ਆ ਗਿਆ ਜੋ ਕਲਗੀਧਰ ਪਾਤਸ਼ਾਹ ਕਿਹਾ ਕਰਦੇ ਸਨ।